ਮੈਂ ਤੁਹਾਨੂੰ ਉਹ ਕਹੂੰਗਾ ਸਰਕਾਰ ਦੇ ਕੁੱਤੇ ਨੇ ਕੁੱਤੇ ਪਾਲੇ ਨੇ ਭੌਂਕਦੇ ਨੇ ਸਾਨੂੰ ਪਤਾ ਜਿਹੜਾ ਸਾਡਾ ਪਹਿਲਾ ਨਿਸ਼ਾਨ ਹੋ ਗਿਆ ਟੁੰਡੇ ਬੈਠਾ ਸੀਗਾ ਸਾਡੇ ਨੌਜਵਾਨਾਂ ਨੂੰ ਭੜਕਾਤਾ ਉੱਥੇ ਬੈਠਾ ਭੜਕਾਈ ਗਿਆ ਗਾ ਤੇ ਸਾਡਾ 25,000 ਨੌਜਵਾਨ ਪੁਲਿਸ ਦੇ ਮੁਕਾਬਲਿਆਂ ਦੇ ਵਿੱਚ ਸ਼ਹੀਦ ਹੋਇਆ ਉੱਥੇ ਬੈਠੇ ਦਾ ਉਹਦਾ ਕੁਛ ਨਹੀਂ ਗਿਆ ਇੱਕੋ ਪੰਨੂ ਜਾਂ ਕੁੱਤਾ ਹੁਣ ਭੌਂਕਦਾ ਗਾ ਆਹ ਕਰ ਦੋ ਫਲਾਨਾ ਚੱਕ ਦੋ ਇਹ ਉਹ ਵਿਵਾਦਿਤ ਬਿਆਨ ਹੈ ਜਿਸ ਤੋਂ ਬਾਅਦ ਰੁਲਦੂ ਸਿੰਘ ਮਾਨਸਾ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 15 ਦਿਨਾਂ ਦੇ ਲਈ ਮੁਅੱਤਲ ਕਰ ਦਿੱਤਾ ਗਿਆ ਸੀ ਕਿਉਂਕਿ ਰੁਲਦੂ ਸਿੰਘ ਮਾਨਸਾ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਇਹ ਬਿਆਨਬਾਜ਼ੀ ਕੀਤੀ ਗਈ ਸੀ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਹਰਕਤ ਦੇ ਵਿੱਚ ਆਇਆ ਸੀ ਅਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ 15 ਦਿਨਾਂ ਦੇ ਲਈ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਸੀ ਕਿ ਨਾ ਉਹ ਸਟੇਜ 'ਤੇ ਚੜ੍ਹ ਸਕਦੇ ਨੇ ਨਾ ਕੋਈ ਤਕਰੀਰ ਕਰ ਸਕਦੇ ਨੇ ਨਾ ਕੋਈ ਮੀਡੀਆ ਦੇ ਨਾਲ ਗੱਲਬਾਤ ਕਰ ਸਕਦੇ ਨੇ ਪਰ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰੁਲਦੂ ਸਿੰਘ ਮਾਨਸਾ ਦੇ ਕੈਂਪ ਦੇ ਉੱਤੇ ਹਮਲਾ ਹੋਇਆ ਬਹਾਦਰਗੜ੍ਹ ਦੇ ਵਿੱਚ ਜਿਹੜਾ ਉਹਨਾਂ ਦਾ ਕੈਂਪ ਹੈ ਸੈਕਟਰ 9 ਦੇ ਕਮਿਊਨਿਟੀ ਹਾਲ ਦੇ ਕੋਲ ਹੈ ਇਹ ਕੈਂਪ ਜਿੱਥੇ ਬੀਤੀ ਰਾਤ 9:30 ਦੇ ਕਰੀਬ ਹਮਲਾਵਰ ਸੀਗੇ ਜਿਹੜੇ ਉਹ ਆਉਂਦੇ ਨੇ ਰੁਲਦੂ ਸਿੰਘ ਮਾਨਸਾ ਨੂੰ ਲੱਭਿਆ ਜਾਂਦਾ ਪੁੱਛਿਆ ਜਾਂਦਾ ਜਿਹੜੇ ਉੱਥੇ ਕਿਸਾਨ ਬੈਠੇ ਸਨ ਕਿ ਰੁਲਦੂ ਸਿੰਘ ਮਾਨਸਾ ਕਿੱਥੇ ਹੈ ਅਤੇ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਰੁਲਦੂ ਸਿੰਘ ਮਾਨਸਾ ਇੱਥੇ ਨਹੀਂ ਹੈ ਤਾਂ ਉਸ ਤੋਂ ਬਾਅਦ ਹਮਲਾ ਸ਼ੁਰੂ ਹੋ ਜਾਂਦਾ ਜਿਹੜੇ ਕਿਸਾਨ ਉੱਥੇ ਬੈਠੇ ਹੋਏ ਸਨ ਰੁਲਦੂ ਸਿੰਘ ਮਾਨਸਾ ਦੇ ਸਮਰਥਕ ਸਨ ਉਹ ਕਿਸਾਨ ਉਹਨਾਂ ਕਿਸਾਨਾਂ 'ਤੇ ਹਮਲਾ ਕੀਤਾ ਜਾਂਦਾ ਬੁਰੀ ਤਰ੍ਹਾਂ ਜ਼ਖਮੀ ਕੀਤਾ ਜਾਂਦਾ ਇੱਕ ਕਿਸਾਨ ਗੁਰਵਿੰਦਰ ਸਿੰਘ ਹੈ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਦਾ ਕਿਸਾਨ ਹੈ ਗੁਰਵਿੰਦਰ ਸਿੰਘ ਜਿਹੜਾ ਕਿ ਇਸ ਹਮਲੇ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਇਆ ਇਸ ਕਿਸਾਨ ਦੀ ਹਾਲਤ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਬੁਰੀ ਤਰ੍ਹਾਂ ਜ਼ਖਮੀ ਹਾਲਤ ਦੇ ਵਿੱਚ ਇਹ ਕਿਸਾਨ ਉੱਥੇ ਬੈਠਾ ਹੋਇਆ ਜਿਸ ਨੂੰ PGI ਦੇ ਵਿੱਚ ਵੀ ਲੈ ਕੇ ਆਇਆ ਗਿਆ ਰੋਹਤਕ ਦੇ PGI ਦੇ ਵਿੱਚ ਉਸਦਾ ਇਲਾਜ ਸੀਗਾ ਜਿਹੜਾ ਉਹ ਸ਼ੁਰੂ ਹੋਇਆ ਟਾਂਕੇ ਲੱਗੇ ਨੇ ਸਿਰ 'ਤੇ ਪੈਰਾਂ 'ਤੇ ਹੱਥਾਂ 'ਤੇ ਬਾਹਾਂ 'ਤੇ ਬੁਰੀ ਤਰ੍ਹਾਂ ਸੱਟਾਂ ਆਈਆਂ ਨੇ 15 ਟਾਂਕੇ ਲੱਗੇ ਨੇ ਇਸ ਕਿਸਾਨ ਨੂੰ ਜਿਹੜਾ ਇਸ ਹਮਲੇ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਇਸ ਤੋਂ ਇਲਾਵਾ ਇੱਕ ਹੋਰ ਕਿਸਾਨ ਦੇ ਹੱਥਾਂ 'ਤੇ ਸੱਟਾਂ ਲੱਗੀਆਂ ਨੇ ਰੁਲਦੂ ਸਿੰਘ ਮਾਨਸਾ ਦੇ ਕੈਂਪ ਦੇ ਉੱਤੇ ਹਮਲਾ ਹੋਇਆ ਬੀਤੀ ਰਾਤ ਹਮਲਾਵਰ ਕੌਣ ਸਨ ਇਸ ਦੇ ਬਾਰੇ ਹਾਲਾਂਕਿ ਪਤਾ ਨਹੀਂ ਲੱਗ ਸਕਿਆ ਕਿ ਕੌਣ ਸਨ ਹਮਲਾਵਰ ਪਰ ਇਸ ਘਟਨਾ ਨੂੰ ਜੋੜ ਕੇ ਜ਼ਰੂਰ ਦੇਖਿਆ ਜਾ ਰਿਹਾ ਰੁਲਦੂ ਸਿੰਘ ਮਾਨਸਾ ਦੇ ਵਿਵਾਦਿਤ ਬਿਆਨ ਦੇ ਨਾਲ ਜੋੜਿਆ ਜਾ ਰਿਹਾ ਰੁਲਦੂ ਸਿੰਘ ਮਾਨਸਾ ਜਿਨ੍ਹਾਂ ਨੂੰ ਪੂਰਾ ਪੰਜਾਬ ਇਸ ਵੇਲੇ ਖੁੰਡੇ ਵਾਲੇ ਬਾਬੇ ਦੇ ਨਾਂ ਨਾਲ ਵੀ ਯਾਦ ਕਰਦਾ ਹੈ ਉਸ ਰੁਲਦੂ ਸਿੰਘ ਮਾਨਸਾ ਨੂੰ ਜਿਨ੍ਹਾਂ ਦਾ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਇੱਕ ਵੱਡਾ ਯੋਗਦਾਨ ਰਿਹਾ ਵੱਡਾ ਨਾਮ ਰਿਹਾ ਰੁਲਦੂ ਸਿੰਘ ਮਾਨਸਾ ਦਾ ਲਗਾਤਾਰ ਤਕਰੀਰਾਂ ਅਸੀਂ ਉਹਨਾਂ ਦੀਆਂ ਸੁਣਦੇ ਆ ਰਹੇ ਹਾਂ ਪਿਛਲੇ 8 ਮਹੀਨਿਆਂ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਲਗਾਤਾਰ ਉਹਨਾਂ ਨੇ ਤਕਰੀਰਾਂ ਕੀਤੀਆਂ ਨੇ ਕਿਸਾਨੀ ਮੂਵਮੈਂਟ ਨੂੰ ਇੱਥੋਂ ਤੱਕ ਲੈ ਕੇ ਆਉਣ ਦੇ ਵਿੱਚ ਵੱਡੇ ਲੀਡਰਾਂ ਦੇ ਵਿੱਚ ਨਾਮ ਰਿਹਾ ਰੁਲਦੂ ਸਿੰਘ ਮਾਨਸਾ ਦਾ ਪਰ ਇੱਕ ਵਿਵਾਦਿਤ ਬਿਆਨ ਤੋਂ ਬਾਅਦ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸਟੇਜ 'ਤੇ ਐਂਟਰੀ ਉਹਨਾਂ ਦੀ 15 ਦਿਨਾਂ ਦੇ ਲਈ ਬੰਦ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਹਮਲਾ ਵੀ ਹੋਇਆ ਉਹਨਾਂ ਦੇ ਕੈਂਪ 'ਤੇ ਹਾਲਾਂਕਿ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਦਿੱਲੀ ਪੁਲਿਸ ਨੂੰ ਇਸ ਹਮਲੇ ਦੀ ਸੂਚਨਾ ਮਿਲ ਚੁੱਕੀ ਸੀ ਦਿੱਲੀ ਪੁਲਿਸ ਮੌਕੇ 'ਤੇ ਨਹੀਂ ਪਹੁੰਚੀ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਜਿਹੜੇ ਕਿਸਾਨ ਜ਼ਖਮੀ ਹੋਇਆ ਉਸ ਕਿਸਾਨ ਦੇ ਕੋਈ ਵੀ ਬਿਆਨ ਨੇ ਜਿਹੜੇ ਪੁਲਿਸ ਦੇ ਵੱਲੋਂ ਦਰਜ ਨਹੀਂ ਕੀਤੇ ਗਏ ਇਹ ਕਿਸਾਨਾਂ ਦੇ ਆਰੋਪ ਨੇ ਕਿ ਦਿੱਲੀ ਪੁਲਿਸ ਹੈ ਜਿਹੜੀ ਉਸ ਦੇ ਵੱਲੋਂ ਪੂਰੀ ਤਰ੍ਹਾਂ ਇਸ ਹਮਲੇ ਨੂੰ ਅਣਗੌਲਿਆ ਕਰ ਦਿੱਤਾ ਗਿਆ ਕਿਉਂਕਿ ਹਮਲਾਵਰ ਕੌਣ ਸਨ ਇਸ ਗੱਲ ਦਾ ਵੀ ਅਜੇ ਤੱਕ ਪਤਾ ਨਹੀਂ ਸੀ ਲੱਗ ਸਕਿਆ ਕਿਸ ਮਨਸ਼ਾ ਦੇ ਨਾਲ ਉਹ ਆਏ ਸਨ ਰੁਲਦੂ ਸਿੰਘ ਮਾਨਸਾ ਨੂੰ ਲੱਭਿਆ ਜਾ ਰਿਹਾ ਸੀ ਕਿਉਂ ਆਏ ਸਨ ਕੌਣ ਸਨ ਇਹ ਇਸ ਦਾ ਹਾਲੇ ਤੱਕ ਕੁਝ ਵੀ ਕਲੀਅਰ ਪਤਾ ਨਹੀਂ ਲੱਗ ਸਕਿਆ ਕਿ ਕੌਣ ਸਨ ਪਰ ਉਸ ਹਮਲੇ ਨੂੰ ਉਸ ਬਿਆਨ ਦੇ ਨਾਲ ਜ਼ਰੂਰ ਜੋੜ ਕੇ ਦੇਖਿਆ ਜਾ ਰਿਹਾ ਹੈ ਜਿਹੜਾ ਬਿਆਨ ਰੁਲਦੂ ਸਿੰਘ ਮਾਨਸਾ ਦੇ ਵੱਲੋਂ ਦਿੱਤਾ ਗਿਆ ਸੀ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ 'ਤੇ ਦਿੱਤਾ ਗਿਆ ਸੀ ਤੁਹਾਨੂੰ ਸੁਣਾਇਆ ਵਾਰ ਵਾਰ ਅਸੀਂ ਉਹ ਬਿਆਨ ਜਿਸ ਬਿਆਨ ਤੋਂ ਬਾਅਦ ਰੁਲਦੂ ਸਿੰਘ ਮਾਨਸਾ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਸੰਯੁਕਤ ਕਿਸਾਨ ਮੋਰਚਾ ਹਰਕਤ ਦੇ ਵਿੱਚ ਆਉਂਦਾ ਹੈ ਕਿਉਂਕਿ ਉਸ ਬਿਆਨ ਤੋਂ ਬਾਅਦ ਕੁਝ ਲੋਕ ਸੀਗੇ ਕਿਉਂਕਿ ਵਿਵਾਦਿਤ ਬਿਆਨ ਸੀ ਜਿਹੜਾ ਰੁਲਦੂ ਸਿੰਘ ਮਾਨਸਾ ਦੇ ਵੱਲੋਂ ਦਿੱਤਾ ਗਿਆ ਸੀ ਅਤੇ ਰੁਲਦੂ ਸਿੰਘ ਮਾਨਸਾ ਦੀ ਸ਼ਖਸੀਅਤ 'ਤੇ ਵੀ ਇੱਕ ਸਵਾਲ ਉੱਠਿਆ ਸੀ ਕਿ ਇੰਨੇ ਵੱਡੇ ਲੀਡਰ ਹੋ ਕੇ ਉਹ ਇਸ ਤਰ੍ਹਾਂ ਦੀ ਗੱਲ ਕਿਵੇਂ ਕਹਿ ਗਏ ਪਰ ਰੁਲਦੂ ਸਿੰਘ ਮਾਨਸਾ ਦਾ ਜੋ ਰੋਲ ਰਿਹਾ ਕਿਸਾਨੀ ਅੰਦੋਲਨ ਦੇ ਵਿੱਚ ਉਸਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ ਲਗਾਤਾਰ ਤਕਰੀਰਾਂ ਉਹਨਾਂ ਦੀਆਂ ਅਸੀਂ ਸੁਣੀਆਂ ਨੇ ਇਸ ਮੂਵਮੈਂਟ ਨੂੰ ਖੜੀ ਕਰਨ ਦੇ ਵਿੱਚ ਇੱਕ ਵੱਡਾ ਉਹਨਾਂ ਦਾ ਵੀ ਯੋਗਦਾਨ ਹੈ ਪਿੰਡਾਂ ਦੇ ਵਿੱਚ ਵੀ ਜੇ ਕਿਸਾਨਾਂ ਦੇ ਵਿੱਚ ਲਾਮਬੰਦੀ ਕੀਤੀ ਹੈ ਕਿਸਾਨਾਂ ਦੇ ਨਾਲ ਲਗਾਤਾਰ ਗੱਲਬਾਤ ਕੀਤੀ ਹੈ ਰੁਲਦੂ ਸਿੰਘ ਮਾਨਸਾ ਦੇ ਵੱਲੋਂ ਇੱਕ ਵੱਡੇ ਪੱਧਰ 'ਤੇ ਇਸ ਮੂਵਮੈਂਟ ਨੂੰ ਜੇ ਲੈ ਕੇ ਆਏ ਨੇ ਬਾਕੀ ਕਿਸਾਨ ਸਾਥੀਆਂ ਦੇ ਨਾਲ
ਵੱਡਾ ਨਾਮ ਰਿਹਾ ਕਿਸਾਨੀ ਅੰਦੋਲਨ ਦੇ ਵਿੱਚ, ਪਰ ਇੱਕ ਵਿਵਾਦਿਤ ਬਿਆਨ ਤੋਂ ਬਾਅਦ ਉਹਨਾਂ ਤੇ ਐਕਸ਼ਨ ਲਿਆ ਗਿਆ ਸੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ। ਪਰ ਬੀਤੀ ਰਾਤ ਉਹਨਾਂ ਦੇ ਕੈਂਪ ਦੇ ਉੱਤੇ ਹਮਲਾ ਹੋਇਆ। ਕਮਿਊਨਿਟੀ ਸੈਂਟਰ ਹੈ ਜਿਹੜਾ ਸੈਕਟਰ 9 ਦੇ ਕੋਲ ਉਹਨਾਂ ਦਾ ਕੈਂਪ ਸਥਿਤ ਹੈ, ਮਾਨਸਾ ਦਾ ਕੈਂਪ ਹੈ, ਉਸ ਕੈਂਪ ਦੇ ਉੱਤੇ ਹਮਲਾ ਹੋਇਆ। ਹਮਲਾਵਰ ਜਿਹੜੇ ਆਏ ਸਨ ਉੱਥੇ ਵੱਡੀ ਗਿਣਤੀ ਦੇ ਵਿੱਚ ਸਨ, ਕਿਉਂਕਿ ਕਿਸਾਨ ਖੁਦ ਦੱਸ ਰਹੇ ਨੇ। ਦੂਜਾ ਹੈਗਾ ਉਹਨੇ ਬਾਹਰੀ ਆ ਕਹਿੰਦਾ ਬਾਈ ਤੈਨੂੰ ਕਹਿ ਤਾ ਜਦੋਂ ਹੈ ਨਹੀਂ ਉਹਦੇ ਦੋ ਛੋਟੀਆਂ ਮਾਰੀਆਂ ਉਰੇ ਅਤੇ ਇਹਨੇ ਮੈਂ ਭੱਜ ਕੇ ਬਾਹਰ ਵੱਗ ਗਿਆ। ਮੈਂ ਯਾਰ ਸਾਡੇ ਤਾਂ ਅਟੈਕ ਹੋ ਗਿਆ ਹੋਰਾਂ ਨੂੰ ਬੁਲਾਉਣੇ ਅਸੀਂ, ਮੈਂ ਮੁੜਕੇ ਜਦੋਂ ਭੱਜ ਕੇ ਆਇਆ ਮੈਂ ਆਉਂਦੇ ਨੇ ਉਹਨੇ ਮੇਰੇ ਇੱਥੇ ਖਲਪਾੜ ਮਾਰੀ ਸੜਕ ਕਿਰਪਾਣ ਨਹੀਂ ਖਲਪਾੜ ਲੱਕੜ ਦੀ ਹੁੰਦੀ ਜਿਹੜੀ ਪੱਗ ਮਚਾਉਣੇ ਹੁੰਦੇ ਆ ਖਲਪਾੜ ਜੀ ਪੜਦੇ ਨਹੀਂ ਜਿਹੜੀ ਉਹ ਮਾਰੀ ਉਹ ਵੀ ਮਾਰੀ ਹੋਵੇ ਸਿਰ 'ਚ ਹੀ ਮਰੀ ਗਏ ਬਸ ਫਿਰ ਮੇਰੇ ਬਹੁਤ ਅਕੇਲੇ ਕੋ ਮਰੀ ਗਏ। ਹਾਂ ਅਕੇਲੇ ਕੋ ਮਰੀ ਗਏ ਪਹਿਲੇ ਤਾਂ ਉਹ 4 ਜਣੇ ਸੀਗੇ, ਫਿਰ ਅੱਗੇ ਜਾ ਕੇ ਉਹ 10-15 ਜਣੇ ਹੋਰ ਆ ਗਏ। ਹਾਂ ਉਹ ਪਾਰਕ 'ਚ ਖੜੇ ਸੀਗੇ ਲੋਕ, ਉੱਥੋਂ 10-15 ਜਣੇ ਹੋਰ ਆਏ ਸਰ। ਕਿਆ ਕਿਸ ਬਾਤ ਪੁੱਛ ਰਹੇ ਤੇ ਰੋਲ ਜੀ ਦਾ ਪਤਾ ਨਹੀਂ ਕਿਸ ਬਾਤ 'ਤੇ ਤਾਂ ਕੁਝ ਦੱਸਿਆ ਨਹੀਂ ਉਹਨਾਂ ਨੇ, ਐਂ ਗਈ ਗਿਆ ਕਹਿੰਦਾ ਰੋਲ ਤੂੰ ਦੱਸ ਕਿੱਥੇ ਰੋਲ ਤੂੰ ਦੱਸ ਕਿੱਥੇ ਆ, ਕੋਈ ਗੱਲ ਨਹੀਂ ਦੱਸੀ ਭਿੰਡਰਾ ਵਾਲੇ ਕੋਲੇ ਤੋਂ। ਮੈਂ ਤਾਂ ਉਹਨੂੰ ਕੁਛ ਨਹੀਂ ਆਖਿਆ, ਉਹਨਾਂ ਨੇ ਬਸ ਉਹ ਪੁੱਛੀ ਗਿਆ ਕਿ ਰੋਲ ਤੂੰ ਕਿੱਥੇ ਰੋਲ ਤੂੰ। ਮੈਂ ਭਾਈ ਉਹ ਚੱਲ ਗਿਆ ਇੱਥੇ ਉਹਨੂੰ ਗਏ ਨੂੰ ਹੋ ਗਏ 3-4 ਦਿਨ, ਵੀ ਸਾਨੂੰ ਨਹੀਂ ਕੁਛ ਪਤਾ ਹੈਗਾ ਗਾ, ਹੋਰ ਉਹਨਾਂ ਨੇ ਕੁਛ ਨਹੀਂ ਆਖਿਆ ਹੈਗਾ। ਅਤੇ ਜੋ ਲੋਕ ਆਏ ਤੇ ਉਹ ਕਿਸਾਨ ਅੰਦੋਲਨ ਨੂੰ ਹੀ ਹੈ, ਹੋ ਸਕਦਾ ਸਭ ਪੰਜਾਬੀ ਬੰਦੇ ਸੀਗੇ। ਹਾਂ 3-4 ਜਿਹਦਾ ਸ਼ਕਲ ਯਾਦ ਵੀ ਆ ਮੁੰਡੇ ਦੇ। ਹਾਂ ਪੁਲਿਸ ਕੰਪਲੇਂਟ ਕਰਦੀ ਆ ਲੋਕਾਂ ਨੂੰ, ਪੁਲਿਸ ਕੰਪਲੇਂਟ ਪਤਾ ਨਹੀਂ ਜੀ। ਰਾਤ ਇੱਥੇ ਗਏ ਸੀ ਪ੍ਰਾਈਵੇਟ ਹੋਸਪਿਟਲ 'ਚ, ਮਤਲਬ ਉਹਨਾਂ ਨੇ ਕੀਤੀ ਸੀਗੀ ਉੱਥੇ ਰਾਤ ਆਈ ਸੀ ਪੁਲਿਸ, ਨਹੀਂ ਕਾਲ ਆਈ ਸੀ ਮੇਰੇ ਕੋਲ ਕਹਿੰਦੇ ਆ ਕੇ ਜਾਇਓ ਚੌਂਕੀ, ਮਤਲਬ ਉਹਨੇ ਮੀਟਿੰਗ ਕਰਨੀ ਹੈ ਫਿਰ ਜਾ ਕੇ ਮਿਲੇ ਚੌਂਕੀ। ਉੱਥੇ ਪੁਲਿਸ ਵਾਲੇ ਨੇ ਆਪਸ ਪੁੱਛਿਆ ਨਹੀਂ ਕੀਤੀ, ਨਹੀਂ ਕੋਈ ਨਹੀਂ ਪੁੱਛਿਆ। ਆਪ ਲੋਕ ਕਿਆ ਚਾਹਤੇ, ਕੇਸ ਦਰਜ ਹੋਣਾ ਚਾਹੀਦਾ ਬਈ? ਕੇਸ ਦਰਜ ਤਾਂ ਫਿਰ ਹੋ ਗਿਆ ਨਾ, ਪਰ ਬੰਦੇ ਦੀ ਪਛਾਣ ਹੋਵੇ ਜੀ ਤਾਂ ਕੌਣ ਸੀਗੇ ਹੁਣ, ਫਿਰ ਤਾਂ ਆਪਾਂ ਕਰ ਵੀ ਲਈਏ ਕੋਈ ਇਨਸਾਫ ਦੀ ਮੰਗ। ਆਮ ਵੀ ਫਲਾਨੇ ਬੰਦੇ ਜੀ ਵੀ ਫਲਾਨੇ ਉਹ ਕਿਹਦਾ ਨਾਂ ਕੀ ਰੱਖੀਏ, ਮੁੰਡੇ ਜੇ ਡੱਕੇ ਹੋਏ ਸੀ ਦਾਰੂ ਪੀਤੀ ਸੀ ਨਾ ਸਾਰਾ ਜੀ। ਕਿਸਾਨ ਖੁਦ ਦੱਸ ਰਹੇ ਨੇ ਕਿ ਪਹਿਲਾਂ 2-4 ਜਾਣੇ ਅੰਦਰ ਆਏ ਅਤੇ ਬਾਅਦ ਦੇ ਵਿੱਚ ਆਸੇ ਪਾਸੇ ਲੁਕੇ ਹੋਏ ਸਨ। ਜਦੋਂ ਕਿਸਾਨਾਂ ਦੇ ਵੱਲੋਂ ਭੱਜ ਕੇ ਬਾਕੀ ਕਿਸਾਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵੇਲੇ ਤੱਕ ਹਮਲਾ ਹੋ ਚੁੱਕਿਆ ਸੀ। ਜਿਹੜੀ ਹਮਲਾਵਰ ਧਿਰ ਸੀ ਭਾਰੂ ਧਿਰ ਸੀ ਅਤੇ 2-4 ਕਿਸਾਨਾਂ ਦਾ ਉੱਥੇ ਕੁਝ ਵੀ ਨਹੀਂ ਬਣ ਸਕਿਆ। ਇੱਕ ਕਿਸਾਨ ਹੈ ਜਿਹੜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ, ਤਸਵੀਰਾਂ ਦੇਖ ਸਕਦੇ ਹੋ ਤੁਸੀਂ। ਇਸ ਕਿਸਾਨ ਦੀ ਹਾਲਤ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਹਾਲਤ ਦੇ ਵਿੱਚ ਇਸ ਕਿਸਾਨ ਨੂੰ ਜ਼ਖਮੀ ਕੀਤਾ ਗਿਆ। ਟਾਂਕੇ ਲੱਗੇ ਨੇ, ਰੋਹਤਕ ਦੇ PGI ਦੇ ਵਿੱਚ ਵੀ ਇਸ ਕਿਸਾਨ ਨੂੰ ਲੈ ਕੇ ਜਾਇਆ ਗਿਆ ਇਲਾਜ ਦੇ ਲਈ। ਦਿੱਲੀ ਪੁਲਿਸ ਦੇ ਇਲਜ਼ਾਮ ਨੇ ਕਿ ਪੁਲਿਸ ਦੇ ਵੱਲੋਂ ਮੌਕੇ ਦਾ ਜਾਇਜ਼ਾ ਨਹੀਂ ਲਿਆ ਗਿਆ, ਬਿਆਨ ਨਹੀਂ ਲਏ ਗਏ। ਰੁਲਦੂ ਸਿੰਘ ਮਾਨਸਾ ਦੇ ਕੈਂਪ ਦੇ ਉੱਤੇ ਹਮਲਾ ਹੋਇਆ ਦਿੱਲੀ ਦੇ ਬਹਾਦਰਗੜ੍ਹ ਦੇ ਵਿੱਚ, ਜਿਹੜਾ ਸੈਕਟਰ 9 ਦਾ ਕਮਿਊਨਿਟੀ ਹਾਲ ਹੈ ਉੱਥੇ ਸਥਿਤ ਸੀ ਇਹ ਕੈਂਪ। ਰੁਲਦੂ ਸਿੰਘ ਮਾਨਸਾ ਦਾ ਇੱਕ ਮੋਹਰੀ ਰੋਲ ਰਿਹਾ ਇਸ ਕਿਸਾਨ ਅੰਦੋਲਨ ਦੇ ਵਿੱਚ, ਪਰ ਇੱਕ ਵਿਵਾਦਿਤ ਬਿਆਨ ਤੋਂ ਬਾਅਦ ਜਿਹੜੀ ਤਸਵੀਰ ਸੀ ਉਹ ਪਲਟ ਗਈ ਸੀ। ਉਹਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 15 ਦਿਨਾਂ ਦੇ ਲਈ ਮੁਅੱਤਲ ਕਰ ਦਿੱਤਾ ਗਿਆ ਸੀ, ਪਰ ਬੀਤੀ ਰਾਤ ਉਹਨਾਂ ਦੇ ਕੈਂਪ 'ਤੇ ਹਮਲਾ ਹੋਇਆ ਜਿਸ ਦੇ ਵਿੱਚ ਇੱਕ ਕਿਸਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋਇਆ। ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ ਪ੍ਰੋ ਪੰਜਾਬ TV।